ਵੀ 13 ਤਰੀਕ ਨੂੰ ਇੱਕ ਵੱਡੀ ਕਾਲ ਕਿਸਾਨਾਂ ਵੱਲੋਂ ਦਿੱਤੀ ਗਈ ਸੀ ਦਿੱਲੀ ਕੂਚ ਦੀ, ਤਾਂ ਉਸ ਦੇ ਵਿੱਚ ਹੀ ਬੈਰੀਗੇਡਿੰਗ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਲਈਆਂ ਵੀ ਕਿੱਦਾਂ ਕੱਲ੍ਹ ਜਿਹੜੀਆਂ ਮੌਕ ਡਰਿਲ ਵੀ ਕੀਤੀ ਗਈ, ਆਸੂ ਗੈਸ ਦੇ ਗੋਲੇ ਜਿਹੜੇ ਆ ਉਹ ਤੱਕ ਛੱਡੇ ਗਏ, ਪਰ ਕਿਸਾਨਾਂ ਦੇ ਹੌਸਲੇ ਕਿਸ ਤਰੀਕੇ ਨਾਲ ਬੁਲੰਦ ਹੈ ਉਹ ਦੇਖ ਸਕਦੇ ਹੋ ਵੀ ਕਿਸਾਨਾਂ ਟਰਾਲੀਆਂ ਭਰ ਭਰ ਕੇ ਜਿਹੜੇ ਨੇ ਕਿਸਾਨ ਉਹ ਦਿੱਲੀ ਕੂਚ ਵਾਸਤੇ ਤਿਆਰ ਬਰ ਤਿਆਰ ਹੋ ਕੇ ਜਾ ਰਹੇ ਨੇ। ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਰਹੇ ਹਾਂ, ਜਿਵੇਂ ਕਿ ਤੁਹਾਨੂੰ ਪਤਾ ਵੀ ਵੱਖ ਵੱਖ ਬਾਰਡਰਾਂ 'ਤੇ ਜਿਹੜਾ ਇਹ ਜਿਵੇਂ ਤੁਹਾਨੂੰ ਪਤਾ ਵੀ ਕਿਹਾ ਗਿਆ ਸੀ ਵੀ ਦਿੱਲੀ ਜਿਹੜਾ ਜਾਵਾਂਗੇ ਖਨੌਰੀ ਬਾਰਡਰ ਤੋਂ ਕਿਹਾ ਗਿਆ ਸੀ, ਸ਼ੰਭੂ ਬਾਰਡਰ ਤੋਂ ਕਿਹਾ ਗਿਆ ਸੀ ਵੀ ਅਸੀਂ ਜਿਹੜਾ ਦਿੱਲੀ ਕੂਚ ਕਰਾਂਗੇ, ਤਾਂ ਉਸ ਦੇ ਵਿੱਚ ਹੀ ਦੇਖ ਸਕਦੇ ਹੋ ਇਹ ਜੀਟੀ ਰੋਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅਤੇ ਜਿੱਥੇ ਤੱਕ ਤੁਹਾਡੀ ਨਜ਼ਰ ਜਾਏਗੀ ਉੱਥੇ ਤੱਕ ਤੁਹਾਨੂੰ ਜਿਹੜੀਆਂ ਨੇ ਉਹ ਟਰਾਲੀਆਂ ਹੀ ਟਰਾਲੀਆਂ ਜਿਹੜੀਆਂ ਨਜ਼ਰ ਆਉਣਗੀਆਂ। ਜ਼ਰੂਰ ਹੌਸਲੇ ਕਿਸ ਤਰੀਕੇ ਨਾਲ ਬੁਲੰਦ ਹੈ, ਜ਼ਰੂਰ ਇਹ ਤਸਵੀਰਾਂ ਦਿਖਾਈਆਂ ਗਈਆਂ ਵੀ ਤੁਹਾਨੂੰ ਰੋਕਿਆ ਜਾਵੇਗਾ, ਕਿਸਾਨਾਂ ਨੂੰ ਹੁਣ ਦਿੱਲੀ ਜਾਣ ਤੋਂ ਰੋਕਿਆ ਜਾਵੇਗਾ, ਦਿੱਲੀ ਕੂਚ ਜਿਹੜਾ ਨਹੀਂ ਹੋਣ ਦਿੱਤਾ ਜਾਵੇਗਾ। ਰਾਤ ਦੀ ਹੀ ਅਪਡੇਟ ਆਉਂਦੀ ਹੈ ਵੀ ਵੱਡੀਆਂ ਵੱਡੀਆਂ ਜਿਹੜੀਆਂ ਗਰਾਊਂਡ ਨੇ ਉਹਨਾਂ ਨੂੰ ਜਿਹੜਾ ਉਹ ਹਵਾਲਾਤ ਦੇ ਵਿੱਚ ਕਨਵਰਟ ਕਰ ਦਿੱਤਾ ਗਿਆ, ਜੇਲ੍ਹਾਂ ਬਣਾ ਦਿੱਤੀਆਂ ਗਈਆਂ, ਪਰ ਕਿਸਾਨ ਦੇਖ ਸਕਦੇ ਹੋ ਵੀ ਕਿਸ ਤਰੀਕੇ ਨਾਲ ਟਰੈਕਟਰਾਂ ਨੂੰ ਤਿਆਰ ਕਰਕੇ, ਟਰੈਕਟਰ ਦੇਖ ਸਕਦੇ ਹੋ ਵੀ ਟਰੈਕਟਰਾਂ ਦੇ ਪਿੱਛੇ ਟਰਾਲੀਆਂ ਨੇ ਅਤੇ ਟਰਾਲੀਆਂ ਨੂੰ ਤਿਆਰ ਵੀ ਕੀਤਾ ਗਿਆ, ਕਮਰੇ ਤੱਕ ਬਣਾ ਦਿੱਤੇ ਗਏ ਆ ਪਿੱਛੇ ਹਰ ਸਹੂਲਤ ਇਹਨਾਂ ਟਰਾਲੀਆਂ ਦੇ ਵਿੱਚ ਜਿਹੜੀ ਉਹ ਬਣਾ ਦਿੱਤੀ ਗਈ ਆ। ਤਸਵੀਰਾਂ ਇਸ ਸਮੇਂ ਤੁਹਾਨੂੰ ਇਹ ਜੀਟੀ ਰੋਡ ਦੀਆਂ ਦਿਖਾ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਵੀ ਕਿਵੇਂ ਪਹਿਲਾਂ ਤੋਂ ਹੀ ਇੱਕ ਦਿਨ ਪਹਿਲਾਂ ਤੋਂ ਹੀ ਤਿਆਰ ਹੋ ਗਏ ਨੇ, ਜਿਵੇਂ ਕਿ ਤੁਹਾਨੂੰ ਪਤਾ ਵੀ ਕੱਲ੍ਹ ਦਾ ਸਮਾਂ ਦਿੱਤਾ ਗਿਆ ਸੀ 13 ਤਰੀਕ ਦਾ ਸਮਾਂ ਦਿੱਤਾ ਗਿਆ ਸੀ ਅਤੇ 12 ਤਰੀਕ ਦੀਆਂ ਸਵੇਰ ਦੀਆਂ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਵੀ ਕਿਸ ਪ੍ਰਕਾਰ ਨਾਲ ਲੋਕ ਜਿਹੜੇ ਨੇ ਉਹ ਤਿਆਰ ਪਹਿਲਾਂ ਹੀ ਹੋ ਚੁੱਕੇ ਹੋਏ ਨੇ ਅਤੇ ਇਹ ਲੋਕ ਜਿਹੜੇ ਨੇ ਇਹ ਜਾਣ ਵਾਸਤੇ ਤਿਆਰ ਆ। ਦੇਖ ਸਕਦੇ ਹੋ ਵੀ ਕਿਸਾਨ ਪਹਿਲਾਂ ਹੀ ਇਕੱਠੇ ਜਿਹੜੇ ਆ ਹੋਣੇ ਸ਼ੁਰੂ ਹੋ ਚੁੱਕੇ ਹੋਏ ਹਨ, ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਇੱਕ ਵੱਡਾ ਕਾਫਲਾ। ਆਹ ਤਸਵੀਰ ਦੇਖੋਗੇ ਵੀ ਤੁਹਾਨੂੰ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਉਣਗੀਆਂ ਅਤੇ ਤੁਹਾਨੂੰ ਹਰ ਟਰਾਲੀ ਦੇ ਉੱਪਰ ਕਿਸਾਨੀ ਝੰਡੇ ਜਿਹੜੇ ਨੇ ਉਹ ਜ਼ਰੂਰ ਨਜ਼ਰ ਆਉਣਗੇ। ਤਾਂ ਦੇਖ ਸਕਦੇ ਹੋ ਵੀ ਕਿੰਨੀ ਵੱਡੀ ਤਾਦਾਦ ਦੇ ਵਿੱਚ ਲੋਕ ਵੀ ਆਉਣਗੇ ਅਤੇ ਕਿੰਨੇ ਟਰਾਲੀਆਂ ਨੇ। ਇਹ ਸ਼ੋਟ ਤੁਹਾਡੀ ਸਕਰੀਨ 'ਤੇ ਇਸ ਸਮੇਂ ਚੱਲ ਰਿਹਾ ਵੀ ਟਰਾਲੀਆਂ ਜਿਹੜੀਆਂ ਨੇ ਉਹ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੀਆਂ ਅਤੇ ਪਹਿਲਾਂ ਹੀ ਇਹ ਤਿਆਰ ਹੋ ਕੇ ਜਾ ਰਹੇ ਨੇ। ਇਹ ਦੇਖ ਸਕਦੇ ਹੋ ਵੀ ਕਿਸ ਹਿਸਾਬ ਨਾਲ ਇਹ ਦਿੱਲੀ ਜਾਣ ਵਾਲੀ ਰੋਡ ਹੈ ਅਤੇ ਇੱਥੇ ਹੀ ਤੁਹਾਨੂੰ ਟਰਾਲੀਆਂ ਜਿਹੜੀਆਂ ਸਾਈਡ 'ਤੇ ਲੱਗੀਆਂ ਨਜ਼ਰ ਆਉਣਗੀਆਂ। ਜ਼ਰੂਰ ਪ੍ਰਸ਼ਾਸਨ ਵੀ ਪੂਰਾ ਹਰਕਤ ਦੇ ਵਿੱਚ ਹੈ, ਹਰਿਆਣੇ ਦੀਆਂ 11 ਫੋਰਸਿਸ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ, ਪਰ ਇਹ ਤਸਵੀਰਾਂ ਜ਼ਰੂਰ ਮੈਂ ਕਹਿ ਸਕਦਾ ਵੀ ਕਿਸਾਨਾਂ ਦਾ ਹੌਸਲਾ ਕਿਸ ਤਰੀਕੇ ਨਾਲ ਬੁਲੰਦ ਹੈ ਵੀ ਕਿੱਦਾਂ ਨਿਡਰ ਹੋ ਕੇ ਜਿਹੜੇ ਨੇ ਉਹ ਜਾ ਰਹੇ ਨੇ, ਕਿਉਂਕਿ ਇਹੋ ਜਿਹੀਆਂ ਤਸਵੀਰਾਂ ਇੱਕ ਵਾਰੀ ਜ਼ਰੂਰ ਵਿਅਕਤੀ ਨੂੰ ਡਰਾ ਦਿੰਦੀਆਂ ਵੀ ਉੱਥੇ ਪਤਾ ਨਹੀਂ ਕੀ ਹੋ ਜਾਊਗਾ। ਪਰ ਕਿਸਾਨ ਜਿੱਦਾਂ ਉਹਨਾਂ ਨੇ ਕਿਹਾ ਸੀ ਵੀ ਪਹਿਲਾਂ ਅਸੀਂ ਬੈਰੀਗੇਡ ਜਿਹੜੇ ਟੱਪੇ ਸੀ ਉਸੇ ਹਿਸਾਬ ਨਾਲ ਅਸੀਂ ਬੈਰੀਗੇਟਿੰਗ ਜਿਹੜੀ ਆ ਉਹ ਐਤਕੀ ਵੀ ਟੱਪਾਂਗੇ। ਅਤੇ ਤਸਵੀਰ ਇੱਕ ਵਾਰੀ ਸਕਰੀਨ 'ਤੇ ਚੱਲ ਰਹੀ ਆ, ਜ਼ਰੂਰ ਦੇਖੋ ਵੀ ਜਿੱਥੇ ਤੱਕ ਨਜ਼ਰ ਆਉਂਦੇ ਆ ਉੱਥੇ ਤੱਕ ਤੁਹਾਨੂੰ ਟਰੈਕਟਰ ਅਤੇ ਟਰਾਲੀਆਂ ਹੀ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਅਤੇ ਦੇਖ ਸਕਦੇ ਹੋ ਵੀ ਇੱਕ ਦੇ ਪਿੱਛੇ ਇੱਕ ਜਿਹੜੀ ਟਰਾਲੀ ਤੁਹਾਨੂੰ ਨਜ਼ਰ ਆ ਰਹੀ ਆ ਅਤੇ ਜਿੱਥੇ ਤੱਕ ਨਜ਼ਰ ਜਾ ਰਹੀ ਆ ਇਹ ਘੱਟੋ ਘੱਟ ਜਿਹੜਾ ਕਾਫਲਾ ਇਹ 1-2 ਕਿਲੋਮੀਟਰ ਦਾ ਕਾਫਲਾ ਟਰਾਲੀਆਂ ਦਾ ਅਤੇ ਇਸੇ ਹਿਸਾਬ ਨਾਲ ਹੋਰ ਵੀ ਟਰੈਕਟਰ ਜਿਹੜੇ ਨੇ ਉਹ ਕੱਲ੍ਹ ਨੂੰ ਆਉਣੇ ਨੇ। ਤਾਂ ਕਿੰਨਾ ਵੱਡਾ ਕਾਫਲਾ ਜਿਹੜਾ ਉਹ ਜਾਏਗਾ, ਜ਼ਰੂਰ ਜ਼ਰੂਰ ਮੈਂ ਤੁਹਾਨੂੰ ਇਹ
ਜ਼ਰੂਰ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਵੀ ਜਿਵੇਂ ਇਹ ਕਿਹਾ ਗਿਆ ਸੀ ਵੀ ਕੁਛ ਜਥੇਬੰਦੀਆਂ ਜਿਹੜੀਆਂ ਨੇ ਉਹ ਜਾ ਰਹੀਆਂ ਨੇ, ਕੁਛ ਜਥੇਬੰਦੀਆਂ ਨਹੀਂ ਜਾ ਰਹੀਆਂ, ਪਰ ਇਸ ਦੇ ਵਿੱਚ ਹੀ ਜਿੰਨੀਆਂ ਕੋਈ ਵੀ ਜਥੇਬੰਦੀਆਂ ਜਾ ਰਹੀਆਂ ਨੇ ਉਸ ਦੇ ਵਿੱਚ ਹੀ ਇੱਕ ਵੱਡਾ ਇਕੱਠ ਜਿਹੜਾ ਉਹ ਜਾਊਗਾ, ਕਿਉਂਕਿ ਲੋਕ ਆਪ ਮੁਹਾਰੇ ਹੋ ਕੇ ਜਾ ਰਹੇ ਨੇ। ਕਿਸਾਨ ਜਿਹੜੇ ਨੇ ਉਹਨਾਂ ਨੇ ਜਿਹੜੀ ਆ ਪੂਰੀ ਤਿਆਰੀ ਕੀਤੀ ਪਈ ਆ ਅਤੇ ਪਿੰਡਾਂ ਦੇ ਪਿੰਡ ਇਸ ਸਮੇਂ ਟਰਾਲੀਆਂ ਜਿਹੜੀਆਂ ਨੇ ਉਹ ਲੈ ਕੇ ਜਾ ਰਹੇ ਨੇ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰ ਰਹੇ ਹਾਂ ਵੀ ਜਿੱਥੇ ਤੱਕ ਨਜ਼ਰ ਜਾਂਦੀ ਆ ਉੱਥੇ ਤੱਕ ਤੁਹਾਨੂੰ ਟਰੈਕਟਰ ਅਤੇ ਟਰਾਲੀਆਂ ਅਤੇ ਕਿਸਾਨੀ ਝੰਡੇ ਜਿਹੜੇ ਨੇ ਉਹ ਨਜ਼ਰ ਆਉਣਗੇ। ਅਤੇ ਇਸੇ ਹਿਸਾਬ ਨਾਲ ਕਾਫਲਾ, ਇਹ ਸਵੇਰ ਦੀਆਂ ਤਸਵੀਰਾਂ ਨੇ, ਕਾਫਲਾ ਹੋਰ ਵੀ ਜਿਹੜਾ ਵੱਧਦਾ ਜਾਊਗਾ। ਹਜੇ ਸਵੇਰ ਹੀ ਹੋਈ ਆ ਤਾਂ ਇਸ ਹਿਸਾਬ ਨਾਲ ਕਾਫਲਾ, ਇਹ ਸੋਚੋ ਵੀ ਕਾਫਲਾ ਜਿਹੜਾ ਕੁਛ ਸਮੇਂ ਬਾਅਦ ਕਿੰਨਾ ਵੱਧ ਜਾਏਗਾ ਅਤੇ 13 ਤਰੀਕ ਨੂੰ ਇਹ ਕਾਫਲਾ ਹੋਰ ਵੀ ਕਿੰਨਾ ਵੱਡਾ ਹੋ ਸਕਦਾ। ਜ਼ਰੂਰ ਬਾਰਡਰ ਦੀਆਂ ਵੀ ਤੁਸੀਂ ਤਸਵੀਰਾਂ ਦੇਖੀਆਂ, ਤੁਸੀਂ ਜਿਹੜਾ ਹੈ ਖਨੌਰੀ ਬਾਰਡਰ ਦੀਆਂ ਵੀ ਤਸਵੀਰਾਂ ਦੇਖੀਆਂ, ਤੁਸੀਂ ਸ਼ੰਭੂ ਬੈਰੀਅਰ ਦੀਆਂ ਵੀ ਤਸਵੀਰਾਂ ਦੇਖੀਆਂ, ਪਰ ਉਹ ਦੇਖ ਕੇ ਇੱਕ ਵਾਰੀ ਜ਼ਰੂਰ ਲੱਗਦਾ ਸੀ ਵੀ ਐਤਕੀ ਜਿਹੜੇ ਆ ਫੋਰਸਿਸ ਬਹੁਤ ਵੱਧ ਹੋਣ ਵਾਲੀਆਂ, ਐਤਕੀ ਜਿਹੜੀਆਂ ਨੇ ਰੁਕਾਵਟਾਂ ਬਹੁਤ ਹੋਣ ਵਾਲੀਆਂ ਵੀ ਕਿਸ ਤਰੀਕੇ ਨਾਲ ਉੱਥੇ ਬੈਰੀਕੇਡਿੰਗ ਕੀਤੀ ਗਈ, ਕਿਸ ਤਰੀਕੇ ਨਾਲ ਵੈਲਡਿੰਗ ਲਗਾ ਕੇ ਪੱਕੇ ਬੈਰੀਗੇਟ ਕਰ ਦਿੱਤੇ ਗਏ। ਪਰ ਉਸ ਦੇ ਵਿੱਚ ਹੀ ਆ ਤਸਵੀਰਾਂ ਦੇਖ ਕੇ ਜ਼ਰੂਰ ਇੱਕ ਵਾਰੀ ਲੱਗਦਾ ਵੀ ਇਹਨਾਂ ਦੇ ਹੌਸਲੇ ਬੁਲੰਦ ਹੈ ਅਤੇ ਇਹ ਗੱਲ ਕਹਿ ਰਹੇ ਆ ਵੀ ਕੋਈ ਨਾ ਵੀ ਪਹਿਲਾਂ ਵੀ 2020 ਦੇ ਵਿੱਚ ਵੀ ਤੁਸੀਂ ਕਾਫੀ ਬੈਰੀਗੇਟ ਲਗਾਏ ਸੀ ਪਰ ਅਸੀਂ ਜਿਹੜਾ ਆਪਣਾ ਮੋਰਚਾ ਉਹ ਆਏ ਸੀ, ਜਿੱਤ ਕੇ ਆਏ ਸੀ ਅਤੇ ਹੁਣ ਅਸੀਂ ਆਪਣੀਆਂ 10 ਮੰਗਾਂ ਜਿਹੜੀਆਂ ਨੇ ਉਹ ਮਨਵਾਉਣ ਜਾ ਰਹੇ ਹਾਂ। MSP ਨੂੰ ਲੈ ਕੇ ਇੱਕ ਵਾਰੀ ਤੋਂ ਫਿਰ ਤੋਂ ਮੰਗ ਹੈ, ਕਿਹਾ ਗਿਆ ਸੀ ਵੀ MSP ਦੀ ਉਦੋਂ ਕਮੇਟੀ ਜਿਹੜੀ ਹੈ ਬਣਾ ਦਿੱਤੀ ਗਈ ਸੀ ਪਰ ਉਸਦਾ ਕੁਛ ਵੀ ਸਿੱਟਾ ਨਹੀਂ ਨਿਕਲਿਆ। ਜ਼ਰੂਰ ਕੁਛ ਦੇਰ ਪਹਿਲਾਂ ਹੀ ਜੇ ਗੱਲ ਕਰਦੇ ਹਾਂ ਤਾਂ ਮੀਟਿੰਗ ਵੀ ਜਿਹੜੀ ਹੋਈ ਸੀ, ਮੀਟਿੰਗ ਦੇ ਵਿੱਚ ਵੀ ਕੋਈ ਸਿੱਟਾ ਨਹੀਂ ਨਿਕਲਿਆ, ਜਿਸ ਦੇ ਵਿੱਚ ਜੇ ਸੈਂਟਰ ਸਰਕਾਰ ਦੇ ਕੁਛ ਜਿਹੜੇ ਲੋਕ ਵੀ ਆਏ ਸਨ ਤਾਂ ਉਸ ਦੇ ਵਿੱਚ ਕਿਸਾਨ ਵੀ ਜਿਹੜੇ ਆਏ ਸਨ, ਪਰ ਕੋਈ ਵੀ ਉਸਦਾ ਸਿੱਟਾ ਨਹੀਂ ਨਿਕਲਿਆ। ਪਰ ਉਸ ਦੇ ਵਿੱਚ ਹੀ ਸਿੱਟਾ ਨਾ ਨਿਕਲਣ ਦੇ ਬਾਵਜੂਦ ਉਹਨਾਂ ਨੇ ਕਿਹਾ ਸੀਗਾ ਵੀ ਜ਼ਰੂਰ ਮੀਟਿੰਗ ਤਾਂ ਚਲੋ ਹੋਈ ਪਰ ਅਸੀਂ 13 ਤਰੀਕ ਨੂੰ ਜਿਹੜਾ ਕੂਚ ਹੈ ਉਸ ਨੂੰ ਰੱਦ ਨਹੀਂ ਕਰਾਂਗੇ, ਅਸੀਂ 13 ਤਰੀਕ ਜਿਹੜਾ ਉਹ ਪਹੁੰਚਾਂਗੇ ਹੀ ਪਹੁੰਚਾਂਗੇ। ਤਾਂ ਉਸ ਦੇ ਵਿੱਚ ਹੀ ਦੇਖ ਸਕਦੇ ਹੋ ਵੀ ਕਿੱਦਾਂ ਹੁਣ ਤਿਆਰ ਨੇ ਜਿਹੜੇ ਕਿਸਾਨ।